ਦਾ ਆਪਣਾ ਟਾਪਿਕ ਹੈਗਾ ਉਹ ਹੈਗਾ ਵੀ ਮੋਰ ਐਂਡ ਮੋਰ ਪਲਾਸਟਿਕ ਵੇਸਟ ਹੈਜ਼ ਪੋਲਿਊਟਡ ਸਿਟੀਜ਼ ਕੰਟਰੀਸਾਈਡ ਐਂਡ ਓਸ਼ਨ ਵੀ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਪਲਾਸਟਿਕ ਵੇਸਟ ਆ ਪੋਲਿਊਟ ਮਤਲਬ ਉਹ ਦੂਸ਼ਿਤ ਕਰਦਾ ਜਾ ਰਿਹਾ ਕਿਨੂੰ ਸਿਟੀਜ਼ ਨੂੰ ਕੰਟਰੀਸਾਈਡ ਤੇ ਓਸ਼ियंस ਨੂੰ ਵੋਟ ਪ੍ਰੋਬਲਮਸ ਡਸ ਇਟ ਕਾਸਟ ਕਹਿੰਦੇ ਜਿਹੜਾ ਪਲਾਸਟਿਕ ਵੇਸਟ ਹੈ ਇਹਦੇ ਕਰਕੇ ਕਿਹੜੀ-ਕਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਐਂਡ ਵੋਟ ਮੈਜਰਸ ਸ਼ੁੱਡ ਬੀ ਟੇਕਨ ਤੇ ਇਹ ਕਹਿ ਰਹੇ ਨੇ ਵੀ ਜਿਹੜੀਆਂ ਪਲਾਸਟਿਕ ਵੇਸਟ ਕਰਕੇ ਪ੍ਰੋਬਲਮਸ ਆ ਰਹੀਆਂ ਨੇ ਇਹਨਾਂ ਨੂੰ ਸੋਲਵ ਕਰਨ ਲਈ ਕੀ ਕੀ ਤਰੀਕੇ ਨੇ ਜਿਹੜੇ ਆਪਾਂ ਯੂਜ਼ ਕਰ ਸਕਦੇ ਹਾਂ ਹੁਣ ਦੇਖੋ ਜਿਹੜਾ ਇਹ ਆਪਣਾ ਹੈਗਾ ਐਸੇ ਇਹ ਹੈਗਾ ਕੌਜ਼ਸ ਤੇ ਸੋਲੂਸ਼ਨ ਦਾ ਐਸੇ ਸਟਾਰਟਿੰਗ ਆਪਾਂ ਕਰਾਂਗੇ ਇੰਟਰੋਡਕਸ਼ਨ ਤੋਂ ਜਿਹੜੀ ਆਪਣੀ ਹੋਊਗੀ 3 ਤੋਂ 4 ਲਾਈਨਸ ਦੀ ਇੰਟਰੋਡਕਸ਼ਨ ਦੇ ਵਿੱਚ ਆਪਾਂ ਇੱਕ ਜਨਰਲ ਲਾਈਨ ਲਿਖਾਂਗੇ ਸਪੋਜ਼ ਆਪਾਂ ਪਲਾਸਟਿਕ ਵੇਸਟ ਕੋਈ ਵੀ ਇੱਕ ਜਨਰਲ ਲਾਈਨ ਲਿਖ ਸਕਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਇੱਕ ਪੈਰਾਫਰੇਜ਼ ਕਰਕੇ ਲਾਈਨ ਲਿਖਾਂਗੇ ਐਂਡ ਦੈਨ ਆਪਾਂ ਇੱਕ ਥੀਸਿਸ ਲਾਈਨ ਲਿਖਾਂਗੇ ਵੀ ਮੈਂ ਆਉਣ ਵਾਲੇ ਪੈਰਾਗ੍ਰਾਫਸ ਦੇ ਵਿੱਚ ਕੀ ਡਿਸਕ੍ਰਾਈਬ ਕਰੂੰਗਾ ਕਦੀ ਵੀ ਜਦੋਂ ਤੁਹਾਨੂੰ ਕੌਜ਼ਸ ਤੇ ਸੋਲੂਸ਼ਨ ਲਾਈਕ ਮੈਜਰਸ ਵਾਲੇ ਟੌਪਿਕ ਆਉਂਦੇ ਨੇ ਉਹਦੇ ਵਿੱਚ ਤੁਸੀਂ ਕੀ ਕਰਨਾ ਵਨ ਪੈਰਾਗ੍ਰਾਫ ਆਪਾਂ ਹਮੇਸ਼ਾ ਬਣਾਉਣਾ ਪ੍ਰੋਬਲਮਸ ਦਾ ਇੱਕ ਪੈਰਾਗ੍ਰਾਫ ਬਣਾਉਣਾ ਆਪਾਂ ਸੋਲੂਸ਼ਨ ਦਾ ਐਂਡ ਕਨਕਲੂਜ ਜਿਵੇਂ ਹਰ ਪ੍ਰੋਬਲਮ ਦੇ ਸੋਲੂਸ਼ਨਸ ਹੁੰਦੇ ਨੇ ਓਵੇਂ ਇਹਦੇ ਵੀ ਹੁੰਦੇ ਨੇ ਐਂਡ ਦੈਨ ਆਪਾਂ ਉਹਨੂੰ ਕਨਕਲੂਡ ਕਰਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਦੇਖੋ ਸਟਾਰਟ ਕਰਦੇ ਆ ਆਪਣੇ ਵਰਡਸ ਤੋਂ ਥੋੜੀ ਜਿਹੀ ਵੋਕੇਬਲਰੀ ਜਿਹੜੀ ਆਪਾਂ ਇਹਦੇ ਵਿੱਚ ਯੂਜ਼ ਕਰ ਸਕਦੇ ਆ ਜਿਹੜਾ ਪਲਾਸਟਿਕ ਵੇਸਟ ਹੈ ਪਲਾਸਟਿਕ ਵੇਸ ਨੂੰ ਤੁਸੀਂ ਪਲਾਸਟਿਕ ਰੈਫਿਊਸ ਪਲਾਸਟਿਕ ਟਰੈਸ਼ ਫਾਰਮਰ ਰਬਿਸ਼ ਓਸ਼ियंस ਲਈ ਤੁਸੀਂ ਉਹਨਾਂ ਨੂੰ ਵਾਟਰ ਬਾਡੀਜ਼ ਕਹਿ ਸਕਦੇ ਹੋ ਜਿਹੜਾ ਤੁਹਾਡਾ ਵਰਡ ਹੈ ਪ੍ਰੋਬਲਮ ਪ੍ਰੋਬਲਮ ਨੇ ਮੁਸੀਬਤਾਂ ਉਨ੍ਹਾਂ ਦੀ ਜਗ੍ਹਾ ਤੁਸੀਂ ਕਿਹੜਾ ਵਰਡ ਯੂਜ਼ ਕਰ ਸਕਦੇ ਹੋ ਇਸ਼ੂਜ਼ ਯਾ ਪ੍ਰੋਬਲਮਸ ਵਿਚ ਆਰ ਦਾ ਕੌਜ਼ਸ ਆਫ ਇਟ ਯੋ ਦੇ ਕੀ ਕਾਰਨ ਨੇ ਯਾ ਕੀ ਪ੍ਰੋਬਲਮਸ ਹੋ ਰਹੀਆਂ ਨੇ ਇੱਕ ਬਹੁਤ ਵਧੀਆ ਲਾਈਨ ਆ ਜਿਹੜੀ ਆਪਣੀ ਪਲਾਸਟਿਕ ਵੇਸ ਦੇ ਉੱਤੇ ਹੈਗੀ ਆ ਪਲਾਸਟਿਕ ਵੇਸ ਹੈਜ਼ ਰੈਕਟ ਹੈਵੋਕ ਇਨ ਟੁਡੇਜ਼ ਵਰਲਡ ਵੀ ਜਿਹੜਾ ਪਲਾਸਟਿਕ ਵੇਸ ਆ ਜਿਹੜੀ ਪਲਾਸਟਿਕ ਦੀ ਗੰਦਗੀ ਉਹਦੇ ਨਾਲ ਰੈਕਟ ਹੈਵੋਕ ਹੁੰਦਾ ਤਬਾਹੀ ਮਚਾਈ ਹੋਈ ਆ ਵੀ ਅੱਜ ਦਾ ਜਿਹੜਾ ਵਰਲਡ ਆ ਉਹਦੇ ਵਿੱਚ ਜਿਹੜਾ ਪਲਾਸਟਿਕ ਵੇਸਟ ਉਹਦੇ ਨਾਲ ਕੀ ਹੈ ਰੈਕ ਹੈਵੋਕ ਹੋਇਆ ਪੈ ਤਬਾਹੀ ਮੱਚੀ ਪਈਆ ਬਟ देयर ਆ ਨਿਊਮਰਸ ਵੇਜ਼ ਟੂ ਕਰਬ ਦਿਸ ਮੈਨਸ ਮੈਨਸ ਹੁੰਦਾ ਜਿਵੇਂ ਗੰਦਗੀ ਜਾਂ ਮੈਨਸ ਹੁੰਦਾ ਪਰ ਲਗਾ ਸਕਦੇ ਆ ਵਿਸ਼ਰਾ ਆਪਣਾ ਯਾ ਪ੍ਰੋਬਲਮ ਨਾਲ ਵੀ ਬਹੁਤ ਸਾਰੇ ਵੇਜ਼ ਆ ਟੂ ਕਰਬ ਹੁੰਦਾ ਕਰਬ ਹੁੰਦਾ ਰਿਪਿਊਜ਼ ਕਰਨ ਨਾਲ ਡਿਕਰੀਸ ਕਰਨ ਨਾਲ ਖਤਮ ਕਰਨ ਕਹਿੰਦੇ ਜਿਹੜੀ ਇਹ ਬੁਰਾਈ ਆ ਉਹਨੂੰ ਖਤਮ ਕਰਨ ਦੇ ਬਹੁਤ ਸਾਰੇ ਤਰੀਕੇ ਨੇ ਹੁਣ ਆਪਾਂ ਦੇਖੋ ਸਟਾਰਟ ਕਰਦੇ ਇੰਟਰੋਡਕਸ਼ਨ ਇੰਟਰੋਡਕਸ਼ਨ ਇਹਦੀ ਦੋ ਤਰੀਕੇ ਨਾਲ ਆਪਾਂ ਲਿਖ ਸਕਦੇ ਆ ਫਰਸਟ ਹੈਗੀ ਆਪਣੀ ਇਨ ਕੰਟੈਂਪੋਰੀ ਸੁਸਾਇਟੀ ਕੰਟੈਂਪੋਰੀ ਸੁਸਾਇਟੀ ਮਤਲਬ ਆਪਣੀ ਅੱਜ ਦੀ ਗਲੋਬਲਾਈਜ਼ਡ ਸੁਸਾਇਟੀ ਕਹਿ ਸਕਦੇ ਆ ਆਪਾਂ ਜਾਂ ਸੋਸ਼ੀਅਲਾਈਜ਼ਡ ਸੁਸਾਇਟੀ ਕਹਿ ਸਕਦੇ ਆ ਜਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਅੱਜ ਦਾ ਮਾਡਰਨ 에ਰਾ ਉਹਦੇ ਵਿੱਚ ਪਲਾਸਟਿਕ ਰਿਫਿਊਜ਼ ਇਸ ਕੰਟਾਮਿਨੇਟਿਡ urban ruler areas and marine wildlife plastic refuse ਉਹ ਜਿਹੜਾ ਪਲਾਸਟਿਕ ਵੇਸਟ ਆ ਕੰਟਾਮਿਨੇਟਡ ਦਾ ਮਤਲਬ ਕੀ ਹੁੰਦਾ ਦੂਸ਼ਿਤਤਾ ਕਿਨੂ-ਕਿਨੂ ਉਹਨੇ urban ਨੂੰ urban ਹੋਗੀ ਆਪਣੀ ਜਿਹੜੀ ਸਿਟੀਆਂ ਹੋਗੀਆਂ ਮੈਟਰੋਪੋਲੀਟਨ ਕੰਟਰੀਜ਼ ਆ ਕੁਝ ਵੀ ਰੂਲਰ ਏਰੀਆਜ਼ ਹੋਗੇ ਆਪਣੇ ਜਿਵੇਂ ਵਿਲੇजेस ਸਾਈਡ ਤੇ ਐਂਡ ਮਰੀਨ ਵਾਈਲਡਲਾਈਫ ਮਰੀਨ ਵਾਈਲਡਲਾਈਫ ਹੁੰਦ ਨੇ ਓਸ਼ियंस ਜਾਂ ਕੋਈ ਵੀ ਰਿਵਰ ਸਾਈਡ ਹੋ ਗਿਆ ਲੇਕਸ ਹੋਗੇ देयर ਆ many forces that fostered the consistency of this problem which can be analyzed and addressed separately kende jehde eh cheez hai jehda plastic refuse hai edde nal kende bahut sari problems aa riyan ne but kende unna di jehdi consistency of problems hi unna nu kende aapa analyze analyze matlab search karke ya dekh ke vi edde vich ki problems ne kidda ho reya hai edde karan ki ne ਤੇ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਧਿਆਨ ਕਰਕੇ ਉਹਨਾਂ ਨੂੰ ਆਪਾਂ ਸੈਪਰੇਟਲੀ ਐਡਰੈਸ ਕਰ ਸਕਦੇ ਐਡਰੈਸ ਮਤਲਬ ਆਪਾਂ ਜਿਹੜੀ ਉਹਦੀ ਪ੍ਰੋਬਲਮ ਉਹਨੂੰ ਸੋਲਵ ਕਰ ਸਕਦੇ ਆ ਦਿਸ ਏ ੈਸੇ ਵਿਲ ਪ੍ਰੇਜ਼ੈਂਟ ਐਨ ਓਵਰਵਿਊ ਆਫ ਕਾਉਸਸ ਐਂਡ ਪੋਟੈਂਸ਼ੀਅਲ ਸੋਲੂਸ਼ਨ ਟੂ ਇਟ ਹੁਣ ਦੇਖੋ ਆਪਾਂ ਉਹਦੀ ਬੀਪੀ 1 ਦੀ ਆਪਾਂ ਲਾਸਟ ਵਿੱਚ ਇੰਟਰੋਡਕਸ਼ਨ ਦੀ ਲਿਖੀ ਆ ਵੀ ਜਿਹੜਾ ਏ ੈਸੇ ਆ ਜੋ ਆਪਾਂ ਪ੍ਰੇਜ਼ੈਂਟ ਕਰਾਂਗੇ ਅੱਗੇ ਆਉਣ ਵਾਲੇ ਪੈਰਾਗ੍ਰਾਫਸ ਦੇ ਵਿੱਚ ਉਹ ਕੀ ਦਾ ਓਵਰਵਿਊ ਹੋਊਗਾ ਕੀ ਦੱਸੂਗਾ ਜਿਹੜੇ ਪ੍ਰੋਬਲਮਸ ਨੇ ਉਹਨਾਂ ਨੂੰ ਕਿਵੇਂ ਸੋਲਵ ਕੀਤਾ ਜਾ ਸਕਦਾ ਹੈ ਪ੍ਰੋਬਲਮ ਕੀ ਦੀ ਹੈ ਪਲਾਸਟਿਕ ਵੇਸਟ ਦੀ ਇੱਕ ਤਰੀਕਾ ਆ ਜਾਂ ਇਹਦੇ ਨਾਲ ਆਪਣੇ ਕੋਲ ਇੱਕ ਸੈਕੰਡ ਤਰੀਕਾ ਇੰਟਰੋਡਕਸ਼ਨ ਲਿਖਿਆ ਹੁੰਦਾ ਏ ਵੀ ਆ ਇਹਦਾ ਕਰੰਟ ਸਿਨੈਰੀਓ ਸਿਨੈਰੀਓ ਮਤਲਬ ਜਿਹੜਾ ਅੱਜ ਦਾ ਟਾਈਮ ਚੱਲ ਰਿਹਾ ਹੈ ਜਾਂ ਅੱਜ ਦਾ ਜਿਹੜਾ ਸਮਾਂ ਪਲਾਸਟਿਕ ਹੈਜ਼ ਬਿਕਮ ਦਾ ਮੇਜਰ ਸੋਰਸ ਆਫ ਕੰਟਾਮਿਨੇਸ਼ਨ ਇਨ ਏਵਰੀ ਅਸਪੈਕਟ ਆਫ ਦਾ ਏਰੀਆ ਜਿਹੜਾ ਕਹਿੰਦੇ ਪਲਾਸਟਿਕ ਮੇਜਰ ਸੋਰਸ ਮਤਲਬ ਸਭ ਤੋਂ ਜ਼ਿਆਦਾ ਜਿਹੜੀ ਕੰਟਾਮਿਨੇਸ਼ਨ ਇਨ ਐਵਰੀ ਐਸਪੈਕਟ ਆਫ ਏਰੀਆ ਮਤਲਬ ਹਰ ਤਰੀਕੇ ਦੇ ਖੇਤਰ ਵਿੱਚ ਚਾਹੇ ਉਹ ਤੁਹਾਡੀ ਅਰਬਨ ਲਾਈਫ ਆ ਚਾਹੇ ਰੂਰਲ ਲਾਈਫ ਆ ਚਾਹੇ ਤੁਹਾਡੇ ਮਰੀਨ ਵਾਈਲਡ ਲਾਈਫ ਆ ਚਾਹੇ ਤੁਹਾਡੇ ਐਨੀਮਲਸ ਆ ਉਹ ਸਾਰਿਆਂ ਦਾ ਇੱਕ ਮੇਜਰ ਸੋਰਸ ਆ ਜਿਹੜਾ ਕੀ ਹੈ ਪਲਾਸਟਿਕ ਆ ਉਹਨਾਂ ਨੂੰ ਦੂਸ਼ਿਤ ਕਰਦਾ ਜਾ ਰਿਹਾ ਕੰਟਾਮਿਨੇਟ ਕਰ ਰਿਹਾ ਅ ਵਾਸ ਰੇਂਜ ਆਫ ਟੌਕਸਿਕ ਗਾਰਬੇਜ ਹੈਸ ਡਿਸਟਰੋਇਡ ਲੈਂਡ ਐਂਡ ਓਸ਼ਨ ਵਾਸਟ ਰੇਂਜ ਮਤਲਬ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਟੌਕਸਿਕ ਗਾਰਬੇਜ ਟੌਕਸਿਕ ਗਾਰਬੇਜ ਉਰੇ ਆਪਾਂ ਯੂਜ਼ ਕਰ ਰਹੇ ਪਲਾਸਟਿਕ ਰਿਫਿਊਜ਼ ਲਈ ਹੈਜ਼ ਡਿਸਟਰੋਏ ਲੈਂਡਸ ਐਂਡ ਓਸ਼ਨ ਡਿਸਟਰੋਏ ਮਤਲਬ ਉਹਨਾਂ ਨੇ ਖਤਮ ਕਰਤਾ ਜਾਂ ਤਬਾਹ ਕਰ ਚੁੱਕੇ ਨੇ ਬਹੁਤ ਸਾਰੇ ਲੈਂਡ ਤੇ ਓਸ਼ਨ ਨੂੰ ਦਿਸ ਟ੍ਰੈਂਡ ਗਿਵਸ ਰਾਈਜ਼ ਟੂ ਨਿਊਮਰਸ ਇਸ਼ੂਸ ਵਿਚ ਕੈਨ ਬੀ ਡੈਲਟ ਬਾਈ ਟੇਕਿੰਗ ਡਿਫਰੈਂਟ ਵਾਇਏਬਲ ਸੋਲੂਸ਼ਨ ਕਹਿੰਦੇ ਜਿਹੜਾ ਇਹ ਟ੍ਰੈਂਡ ਆ ਇਹਨੇ ਬਹੁਤ ਸਾਰੇ ਜਿਹੜੇ ਨਿਊਮਰਸ ਇਸ਼ੂਸ ਨੇ ਉਹਨਾਂ ਨੂੰ ਰਾਈਜ਼ ਕੀਤਾ ਬਹੁਤ ਸਾਰੇ ਪ੍ਰੋਬਲਮਸ ਆ ਰਹੀਆਂ ਨੇ ਜਿਨ੍ਹਾਂ ਨੂੰ ਆਪਾਂ ਬਹੁਤ ਸਾਰੇ ਵਾਇਏਬਲ ਸੋਲੂਸ਼ਨ ਮਤਲਬ ਡਿਫਰੈਂਟ ਡਿਫਰੈਂਟ ਤਰੀਕਿਆਂ ਨਾਲ ਆਪਾਂ ਉਹਨਾਂ ਨੂੰ ਡੀਲ ਕਰ ਸਕਦੇ ਆ this essay will present an overview of causes and potential solutions to it kande jada essay main likh reha ya jada essay eh ਚਾਲ ਰਿਹਾ ਇਹ ਕਿ ਨੂੰ ਪ੍ਰੈਜੈਂਟ ਕਰੂਗਾ ਜਿਹੜੇ ਕਾਉਜ਼ਸ ਨੇ ਤੇ ਜਿਹੜੇ ਸੋਲੂਸ਼ਨ ਨੇ ਕਾਦੇ ਪਲਾਸਟਿਕ ਵੇਸ ਨੂੰ ਰਿਡਿਊਸ ਕਰਨ ਦੇ ਨੈਕਸਟ ਹੁੰਦਾ ਆਪਣਾ ਬੀਪੀ 1 ਹੁਣ ਆਪਣਾ ਜਿਹੜਾ ਬਾਡੀ ਪੈਰਾਗ੍ਰਾਫ 1 ਆ ਉਹਦੀ ਆਪਾਂ ਸਟਾਰਟਿੰਗ ਡਾਇਰੈਕਟ ਕਰ ਸਕਦੇ ਆ ਟੂ ਕਮੈਂਸ ਵਿਦ ਟੂ ਸਟਾਰਟ ਵਿਦ ਵੀ ਮੈਂ ਕਿਦਣਾ ਸ਼ੁਰੂ ਕਰ ਸਕਦਾ ਟਾਕਿੰਗ ਅਬਾਊਟ ਦ ਪ੍ਰੋਬਲਮਸ ਵੀ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਕਾਦੇ ਕਰਕੇ ਪਲਾਸਟਿਕ ਵੇਸ ਕਰਕੇ ਉਹਦਣਾ ਕੀ ਆ ਕ੍ਰੀਏਟਸ ਐਨ ਅਨਹੈਲਦੀ এনवायरमेंट ਫਾਰ ਹਿਊਮਨਸ ਐਂਡ ਐਨੀਮਲਸ ਕਹਿੰਦੇ ਜਿਹੜਾ ਪਲਾਸਟਿਕ ਵੇਸਟ ਆ ਉਹਦੇ ਨਾਲ ਕੀ ਹੁੰਦਾ ਜਾ ਰਿਹਾ ਵੀ ਇੱਕ ਅਨਹੈਲਦੀ এনवायरमेंट ਕ੍ਰੀਏਟ ਹੋ ਰਿਹਾ ਆਪਣਾ ਹਿਊਮਨਸ ਲਈ ਤੇ ਐਨੀਮਲਸ ਲਈ ਜੋ ਕਿ ਆਪਣੇ ਲਈ ਗੁੱਡ ਨਹੀਂ ਹੈ ਫਾਰਮਰ ਰਬਿਸ਼ ਇਸ ਡਿਸਟਰਬਿੰਗ ਦਾ ਨੇਚਰ ਆਫ ਦਾ ਵਰਲਡ ਵੀ ਜਿਹੜੇ ਪਲਾਸਟਿਕ ਵੇਸਟ ਇਹਦੇ ਨਾਲ ਕੀ ਡਿਸਟਰਬ ਹੁੰਦਾ ਜਾ ਰਿਹਾ ਜਿਹੜਾ ਆਪਣਾ ਨੇਚਰ ਆਫ ਵਰਲਡ ਦਾ ਰਾਈਟਿੰਗ ਦੇ ਵਿੱਚ ਦੇਖੋ ਤੁਹਾਨੂੰ ਕਦੀ ਵੀ ਜਿਹੜਾ ਟਾਸਕ ਆਉਂਦਾ ਟਾਸਕ 1 ਆ ਜਾਂ 2 ਆ whenever ਤੁਸੀਂ ਕਿਤੇ ਵੀ ਕਨਫਿਊਜ਼ ਹੋ ਰਹੇ ਹੋ ਤੁਹਾਨੂੰ ਨਹੀਂ ਸਮਝ ਆ ਰਿਹਾ ਵੀ ਕੁਐਸਚਨ 'ਚ ਕੀ ਲਿਖਣਾ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਉਹਦੇ ਵਿੱਚ ਪਹਿਲਾਂ ਇੱਕ ਛੋਟੇ ਛੋਟੇ ਪੁਆਇੰਟਸ ਬਣਾ ਲਓ ਬਿਕਾਜ਼ ਇਫ ਆਪਣੇ ਕੋਲ ਪੁਆਇੰਟਸ ਹੈ ਉਹਨਾਂ ਪੁਆਇੰਟਸ ਨੂੰ ਪੈਰਾਗ੍ਰਾਫ 'ਚ ਲਿਖਣਾ ਇਜ਼ ਵੈਰੀ ਈਜ਼ੀ 3rd ਪੁਆਇੰਟ ਹੈਗੇ ਵੀ ਟੌਕਸਨ ਕੈਮੀਕਲਸ ਕੀ ਨੇ ਪਰੈਜ਼ੈਂਟ ਇਨ ਪਲਾਸਟਿਕ ਬੋਡੀ ਅਫੈਕਟ ਦਾ ਬੋਡੀ ਆਫ ਹਿਊਮਨ ਬੀਇੰਗਸ ਜਿਹੜੇ ਕਹਿੰਦੇ ਕੈਮੀਕਲਸ ਆਪਣੇ ਬੋਡੀ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ ਪਲਾਸਟਿਕ ਕਰਕੇ ਉਹ ਕਿਨੂੰ ਅਫੈਕਟ ਕਰਦੇ ਨੇ ਬੋਡੀ ਆਫ ਹਿਊਮਨ ਬੀਇੰਗਸ ਨੂੰ ਉਹ ਹਿਊਮਨ ਬੀਇੰਗ ਦੀ ਬੋਡੀ ਨੂੰ ਅਫੈਕਟ ਕਰਦੇ ਨੇ ਕਾਜ਼ਸ ਵੇਰੀਅਸ ਹੈਲਥ ਇਲਮੈਂਟਸ ਲਾਈਕ ਕੈਂਸਰ ਐਂਡ ਲੰਗ ਇਨਫੈਕਸ਼ਨ ਕਹਿੰਦੇ ਵੀ ਉਹਦੇ ਨਾਲ ਕੀ ਹੁੰਦਾ ਆਪਣੇ ਕੋਲ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ ਜਿਵੇਂ ਹੈਲਥ ਇਲਮੈਂਟਸ ਕੈਂਸਰ ਹੋ ਗਿਆ ਜਾਂ ਲੰਗ ਇਨਫੈਕਸ਼ਨ ਹੋ ਗਈ ਐਂਡ ਉਸ ਤੋਂ ਬਾਅਦ ਲਿਖਿਆ ਵੀ ਨਿਊਮਰਸ ਐਨੀਮਲਸ ਕਨਫਿਊਜ਼ ਪਲਾਸਟਿਕ ਪਾਰਟਸ ਵਿਦ ਫੂਡ in some cases led to death of those innocent creatures ਇਹਦੇ ਨਾਲ ਕੀ ਵੀ ਕਾਫੀ ਵਾਰ ਜਿਹੜੇ ਹਿਊਮਨਸ ਨੇ ਜਿਹੜੇ ਐਨੀਮਲਸ ਨੇ ਉਹ ਕੀ ਨੇ ਜਿਹੜੇ ਪਲਾਸਟਿਕ ਪਾਰਟਸ ਹੁੰਦੇ ਨੇ ਉਹਨਾਂ ਨੂੰ ਖਾਣੇ ਨਾਲ ਕਨਫਿਊਜ਼ ਕਰ ਲੈਂਦੇ ਜਿਵੇਂ ਪੋਲੀਥਿਨਸ ਸਭ ਤੋਂ ਵੱਡੀ ਐਗਜ਼ਾਮਪਲ ਉਹ ਪੋਲੀਥਿਨਸ ਨੂੰ ਕਨਫਿਊਜ਼ ਕਰ ਲੈਂਦੇ ਨੇ ਆਪਣੇ ਫੂਡ ਨਾਲ ਤੇ ਕਾਫੀ ਕੇਸਿਸ ਦੇ ਵਿੱਚ ਕੀ ਹੈ ਵੀ ਉਹਨਾਂ ਦੀ ਡੈਥ ਵੀ ਹੋ ਜਾਂਦੀ ਇਨੋਸੈਂਟ ਕੈਰੈਕਟਰਸ ਦੀ ਕਿਦੇ ਕਰਕੇ ਪਲਾਸਟਿਕ ਖਾਣ ਕਰਕੇ ਕਿਉਂਕਿ ਜਿਹੜੀ ਪਲਾਸਟਿਕ ਹੈ ਉਹ ਨਾਨ ਬਾਇਓਡੀਗਰੇਡੇਬਲ ਹੈ ਜੋ ਡੀਕੰਪੋਜ਼ ਨਹੀਂ ਹੁੰਦੀ ਹੈਗੀ ਐਮਪਲ ਅਕੋਰਡਿੰਗ ਟੂ ਸਰਵੇ ਕੰਡਕਟਡ ਬਾਈ ਦ ਵਰਲਡ ਹੈਲਥ ਆਰਗੇਨਾਈਜੇਸ਼ਨ ਇਨ 2018 80% ਆਫ ਦ ਇੰਡੀਅਨ ਕਾਊਸ ਡਾਈਡ ਬਾਈ ਈਟਿੰਗ ਪਲਾਸਟਿਕ ਵਿਚ ਵਾਸ ਥਰੋਨ ਅਵੇ ਬਾਈ ਪਬਲਿਕ ਸਭ ਤੋਂ ਪਹਿਲਾਂ ਕਹਿ ਰਹੇ ਨੇ ਵੀ ਫਾਰ ਇਗਜ਼ਾਮਪਲ ਨੂੰ ਤੁਸੀਂ ਫਾਰ ਇਨਸਟੈਂਸ ਵੀ ਕਹਿ ਸਕਦੇ ਹੋ ਵੀ ਜਿਹੜੇ ਸਰਵੇ 2018 ਦੇ ਵਿੱਚ ਕੰਡਕਟ ਕੀਤਾ ਗਿਆ ਸੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਦੁਬਾਰਾ ਉਹਦੇ ਵਿੱਚ ਕੀ ਫਾਊਂਡ ਹੋਇਆ ਵੀ ਜਿਹੜੇ 80% ਆਫ ਦਾ ਕਾਊਸ ਡਾਈਂਗ ਹੋਈਆਂ ਸੀ ਜਿਹੜੀਆਂ ਮਰੀ ਉਸ ਕਾਦੇ ਕਰਕੇ ਸੀ ਵੀ ਉਹਨਾਂ ਨੇ ਪਲਾਸਟਿਕ ਈਟ ਕੀਤਾ ਸੀ ਜਿਹੜਾ ਕਿਹਦੇ ਦੁਆਰਾ ਥਰੋ ਕੀਤਾ ਗਿਆ ਸੀ ਥਰੋਨ ਬਾਏ ਦਾ ਪਬਲਿਕ ਜਿਹਨੂੰ ਪਬਲਿਕ ਨੇ ਥਰੋ ਕੀਤਾ ਸੀ ਐਗਜ਼ਾਮਪਲ ਨਾਲ ਕੀ ਹੁੰਦਾ ਜੋ ਆਪਣੇ ਪੁਆਇੰਟਸ ਨੇ ਉਹ ਜ਼ਿਆਦਾ ਕਲੈਰੀਫਾਈ ਹੁੰਦੇ ਹੁਣ ਦੇਖੋ ਆਪਾਂ ਪ੍ਰੋਬਲਮਸ ਡਿਸਕਸ ਕਰ ਲੀਆਂ ਹੁਣ ਆਪਾਂ ਮੂਵ ਔਨ ਕਰਦੇ ਹਾਂ ਵੀ ਸੋਲੂਸ਼ਨਸ ਕੀ ਹੁੰਦੇ ਆ ਸੇਮ ਵੀ ਆਪਾਂ ਸੋਲੂਸ਼ਨਸ ਤੇ ਹੁਣ ਚੱਲਾਂਗੇ ਸੋਲੂਸ਼ਨਸ ਦੀ ਆਪਾਂ ਸਟਾਰਟਿੰਗ ਜਿੱਦਾਂ ਕਰ ਸਕਦੇ ਆ ਐਜ਼ ਏਵਰੀ ਪ੍ਰੋਬਲਮ ਹੈਜ਼ ਇਟ ਸੋਲੂਸ਼ਨਸ ਸੇਮ ਡਸ ਦਿਸ ਹੈਜ਼ ਵੀ ਜਿਵੇਂ ਹਰ ਪ੍ਰੋਬਲਮ ਦੇ ਸੋਲੂਸ਼ਨਸ ਹੁੰਦੇ ਨੇ ਉਵੇਂ ਇਹਦੇ ਵੀ ਹੈਗੇ ਨੇ ਇਨੀਸ਼ੀਅਲੀ ਸਮ ਅਫੈਕਟਿਵ ਐਂਡ ਫੈਜ਼ੀਬਲ ਮੈਸ਼ਰਸ ਸ਼ੁੱਡ ਬੀ ਅਡਾਪਟਡ ਬਾਈ ਦਾ ਲੋਕਲ ਗਵਰਨਮੈਂਟ ਕਹਿੰਦੇ ਜਿਹੜੀ ਲੋਕਲ ਗਵਰਨਮੈਂਟ ਆ ਉਹਨੂੰ ਕੁਝ ਇਹ ਜੇ ਅਫੈਕਟਿਵ ਤੇ ਵਧੀਆ ਮੈਸ਼ਰਸ ਲੈਣੇ ਚਾਹੀਦੇ ਨੇ ਅਡਾਪਟ ਕਰਨੇ ਚਾਹੀਦੇ ਨੇ ਜਿਹੜੇ ਕੀ ਚ ਹੈਲਪ ਕਰਨ ਜਿਹੜੀਆਂ ਇਹ ਜਿਹੜੀ ਪਲਾਸਟਿਕ ਵੇਸਟ ਆ ਜਿਹੜਾ ਦਿਨੋ ਦਿਨ ਵੱਧਦਾ ਜਾ ਰਿਹਾ ਉਹਨੂੰ ਰਿਡਿਊਸ ਕਰ ਸਕਨ ਹਾਂਸ ਐਂਡ ਓਵਰਆਲ ਅਵੇਅਰਨੈਸ ਆਫ ਸਿਟੀਜ਼ਨਸ ਟੁਵਰਡਸ ਮੋਲਡਡ ਕੰਟੈਮੀਨੇਸ਼ਨ ਐਂਡ ਮੇਕ ਥੈਮ ਰੀਅਲਾਈਜ਼ ਥੈਟ ਪਲਾਸਟਿਕ ਪੋਲੂਸ਼ਨ ਕਾਉਜ਼ਸ ਹਾਰਮ ਟੂ ਹਿਊਮਨਸ ਐਨੀਮਲਸ ਐਂਡ ਪਲਾਂਟਸ ਥਰੂ ਟੌਕਸਿਕ ਪੋਲੂਟੈਂਟਸ ਜਿਹੜੀ ਗਵਰਨਮੈਂਟ ਆ ਉਹਨੂੰ ਕੀ ਕਰਨਾ ਚਾਹੀਦਾ ਅਵੇਅਰਨੈਸ ਕ੍ਰੀਏਟ ਕਰਨੀ ਚਾਹੀਦੀ ਸਿਟੀਜ਼ਨਸ ਲਈ ਲੋਕਾਂ ਨੇ ਕੀ ਕਹਿ ਕੇ ਵੀ ਜਿਹੜਾ ਪਲਾਸਟਿਕ ਪੋਲੂਸ਼ਨ ਆ ਉਹ ਨਾਟ ਓਨਲੀ ਹਿਊਮਨਸ ਬਟ ਟੂ ਐਨੀਮਲਸ ਤੇ ਪਲਾਂਟਸ ਲਈ ਵੀ ਬਹੁਤ ਜ਼ਿਆਦਾ ਕੰਟੈਮੀਨੇਟ ਆ ਬਹੁਤ ਜ਼ਿਆਦਾ ਆਪਾਂ ਲਗਾ ਲਓ ਵੀ ਬਹੁਤ ਜ਼ਿਆਦਾ ਨੈਗੇਟਿਵ ਉਹਦਾ ਇੰਪੈਕਟ ਆ ਕਿਉਂ ਕਿਉਂਕਿ ਉਹਦੇ ਵਿੱਚ ਕੀ ਹੈ ਟਾਕਸਿਕ ਪੋਲੂਟੈਂਟਸ ਹੁੰਦੇ ਨੇ ਪੀਪਲ ਸ਼ੁੱਡ ਸਟਾਰਟ ਅਵੋਇਡਿੰਗ ਪਲਾਸਟਿਕ ਮੇਡ ਪ੍ਰੋਡਕਟਸ ਲਾਈਕ ਕੈਰੀ ਬੈਗਸ অর ਬੋਟਲਸ ਕਹਿੰਦੇ ਆਪਾਂ ਨੂੰ ਲੋਕਾਂ ਨੂੰ ਇਨਸਪਾਇਰ ਕਰਨਾ ਚਾਹੀਦੀ ਵੀ ਉਹ ਜਿਹੜੇ ਆਪਣੇ ਪਲਾਸਟਿਕ ਪ੍ਰੋਡਕਟਸ ਹੁੰਦੇ ਨੇ ਜਿਵੇਂ ਕੈਰੀ ਬੈਗਸ ਹੋ ਗਏ ਬੋਟਲਸ ਵਗੈਰਾ ਉਹਨਾਂ ਨੂੰ ਉਹ ਅਵੋਇਡ ਕਰਨ ਰਿਪਲੇਸ ਪਲਾਸਟਿਕ ਬੈਗਸ ਵਿਦ ਕਾਟਨ অর ਜੂਟ ਬੈਗਸ ਹੁਣ ਕੁਝ ਜਿਵੇਂ ਸ਼ਾਪਿੰਗ ਸੈਂਟਰਸ ਆ ਜਿਵੇਂ ਅਮਰੀਕਨ ਈਗਲ ਵਗੈਰਾ ਉਹਨਾਂ ਨੇ ਆਲਰੇਡੀ ਜਿਹੜੇ ਉਹਨਾਂ ਦੇ ਆਪਾਂ ਲਗਾ ਲਓ ਪਲਾਸਟਿਕ ਬੈਗਸ ਆ ਉਹਨਾਂ ਨੂੰ ਉਹਨਾਂ ਨੇ ਕਲੋਥ ਬੈਗ ਨਾਲ ਐਕਸਚੇਂਜ ਕਰਤਾ ਉਹਦੇ ਦੋ ਬੈਨੀਫਿਟਸ ਆ ਇੱਕ ਤਾਂ ਕਲੋਥ ਬੈਗ ਤੁਹਾਡਾ ਬਾਅਦ ਵਿੱਚ ਵੀ ਯੂਜ਼ ਆ ਸਕਦਾ ਐਂਡ ਸੈਕੰਡਲੀ ਇਟ ਹੈਲਪਸ ਟੂ ਰਿਡਿਊਸ ਦਾ ਪਲਾਸਟਿਕ ਪੋਲੂਸ਼ਨ ਐਕਸਪਲਿਸਿਟ with the intervention of government seminar can be given to youth so that they can uh, they came to know about the repercussions of the plastic kene jehdi government hai onu seminars <laughs> organize karne chahiye jehdi apni upcoming youth ne upcoming generations <laughs> ne thank you ki kar sakan unna repercussions <laughs> da matlab hi ki honda jehde negative impacts hai plastic <laughs> de unna nu unna bare pata chal le hun ere example dekho apa kitta de sakde hain as <laughs> an illustration vi ik example de taur <laughs> te <laughs> a digital campaign should include creative ads presented by social media influencer or paid ads using search engines like google facebook to reach every individuals periodically oh kehne vi je sare hun ik jagah te ikattha karna nahi possible hai to us case ch ki ho sakda ve digital campaigns banoniyan chahidiyan ne ਜਿਹਦੇ ਵਿੱਚ ਆਪਾਂ ਨੂੰ ਕੀ ਇਨਕਲੂਡ ਕਰ ਸਕਦੇ ਆ ਆਪਾਂ ਐਡਸ ਇਨਕਲੂਡ ਕਰ ਸਕਦੇ ਆ ਰਿਪਰੈਜ਼ੈਂਟ ਕਰਨਾ ਚਾਹੀਦਾ ਜਿਹੜੇ ਇਨਫਲੂਐਂਸਰ ਸੋਸ਼ਲ ਮੀਡੀਆ ਇਨਫਲੂਐਂਸਰਸ ਮਤਲਬ ਅੱਜ ਕੱਲ ਦਾ ਜਿਵੇਂ ਆਪਾਂ ਇਸ ਟਾਈਮ ਤੇ ਲਗਾ ਲਓ YouTube ਵਗੈਰਾ Instagram ਵਗੈਰਾ ਇੱਕ ਬਹੁਤ ਵੱਡਾ ਪਲੈਟਫਾਰਮ ਆ ਉਹਦੇ ਵਿੱਚ ਜਿਹੜੇ ਲੋਕ ਨੇ ਉਹ ਆਪਣੇ ਲਗਾ ਲਓ ਵੀ ਸਕਿਲਸ ਨਾਲ ਜਾਂ ਆਪਣੀ ਸੋਸ਼ਲ ਮੀਡੀਆ ਤੇ ਜਿਹੜੀ ਉਹਨਾਂ ਦੀ ਲਾਈਫ ਪ੍ਰੈਜੈਂਟੇਸ਼ਨ ਆ ਉਹਦੇ ਨਾਲੋਂ ਕੀ ਕਰ ਰਹੇ ਨੇ ਲੋਕਾਂ ਨੂੰ ਇਨਫਲੂਐਂਸ ਕਰ ਦੇਣ ਤਾਂ ਆਪਾਂ ਨੂੰ ਐਜ਼ ਅ ਸੋਸ਼ਲ ਮੀਡੀਆ ਇਨਫਲੂਐਂਸਰਸ ਨੂੰ ਯੂਜ਼ ਕਰਨਾ ਚਾਹੀਦਾ ਜਾਂ ਆਪਾਂ ਨੂੰ ਪੇਡ ਐਡਸ ਕਰਵਾਉਣੀਆਂ ਚਾਹੀਦੀਆਂ ਗੂਗਲ ਜਾਂ ਫੇਸਬੁੱਕ ਤੇ ਤਾਂ ਕਿ ਉਹ ਹਰ ਲੋਕਾਂ ਕੋਲ ਪਹੁੰਚ ਸਕਣ ਹਿਊਮਨ ਕਾਈਂਡ ਸ਼ੁੱਡ ਬੀ ਐਜੂਕੇਟਡ ਟੂ ਅਵੋਇਡ ਪੁਆਇੰਟਲੈਸ ਪਲਾਸਟਿਕ ਸਚ ਐਸ ਸਟਰਾਜ਼ অর ਕਾਫੀ ਕੱਪਸ ਵਾਈਲ ਹੈਵਿੰਗ ਬ੍ਰੈਕਫਾਸਟ ਐਟ ਅ ਕੈਫੇ ਤੇ ਕਹਿੰਦੇ ਇਹਦੇ ਵਿੱਚ ਐਗਜ਼ਾਮਪਲ ਇਹ ਵੀ ਹੋ ਸਕਦੇ ਹੋ ਜਿਹੜੀ ਹਿਊਮਨ ਕਾਈਂਡ ਆ ਆਪਣੀ ਯੂਥ ਅਜ ਜਿਹੜੇ ਲੋਕ ਆਪਲਾ ਲੋ ਵਰਕਿੰਗ ਸੈਕਟਰ ਉਹਨਾਂ ਨੂੰ ਐਜੂਕੇਟ ਕਰਨਾ ਚਾਹੀਦਾ ਵੀ ਉਹ ਪਲਾਸਟਿਕ ਕੱਪਸ ਉਹਨਾਂ ਨੂੰ ਯੂਜ਼ ਨਾ ਕਰਨ ਜਾਂ ਜੋ ਕੈਫੇ ਵਗੈਰਾ 'ਚ ਜਾਂਦੇ ਨੇ ਨਾ ਉਹ ਕਾਫੀ ਕੱਪਸ ਯੂਜ਼ ਕਰਨਾ ਸਟਰਾਜ਼ ਯੂਜ਼ ਕਰਨ ਵਿਚ ਆਰ ਨਾਟ ਮੇਡ ਆਫ ਪੇਪਰ ਜਿਹੜੇ ਪਲਾਸਟਿਕ ਦੇ ਬਨੇ ਹੁੰਦੇ ਆ ਇਨ ਕਨਕਲੂਜਨ ਦ ਇਨਗਰੀਡੀਐਂਟਸ ਐਂਡ ਦ ਇਨਕਰੀਜ਼ਿੰਗ ਯੂਜ਼ੇਜ ਆਫ ਪਲਾਸਟਿਕ ਆਰ ਦ ਮੇਨ ਰੀਜ਼ਨਸ ਵੀ ਜਿਹੜੇ ਇنگਰੀਡੀਅੰਟਸ ਨੇ ਜਾਂ ਜਿਹੜੀ ਯੂਜ਼ ਆ ਪਲਾਸਟਿਕ ਦੀ ਉਹ ਕਿਹਨੇ ਮੇਨ ਰੀਜਨਸ ਨੇ ਇਨ ਟੈਕਲਿੰਗ ਦਾ ਮੈਟਰ ਗਵਰਨਮੈਂਟ ਐਂਡ ਰੈਜ਼ੀਡੈਂਟਸ ਪਲੇ ਦਾ ਐਕਟਿਵ ਰੋਲ ਐਸ ਮੈਂਸ਼ਨਡ ਅਬੋਵ ਤੇ ਕਹਿੰਦੇ ਜਿਹੜਾ ਪਲਾਸਟਿਕ ਵੇਸਟ ਆ ਉਹਨੂੰ ਕੰਟਰੋਲ ਕਰਨ ਲਈ ਜਾਂ ਪਲਾਸਟਿਕ ਦੇ ਕੰਜ਼ਮਪਸ਼ਨ ਘਟਾਉਣ ਲਈ ਕਿਹਦਾ ਐਕਟਿਵ ਰੋਲ ਪਲੇ ਹੁੰਦਾ ਗਵਰਨਮੈਂਟ ਐਂਡ ਰੈਜ਼ੀਡੈਂਟਸ ਉਹਦੀ ਜਗ੍ਹਾ ਜੇ ਆਪਾਂ ਇਹ ਵੀ ਲਿਖ ਸਕਦੇ ਹਾਂ to conclude the former notion leads to many issues such as health illness and distract the beauty of nature to overcome this problem significant counter measure can be used like arranging awareness activities ya phera likh sakde the former notion matlab jehda use of plastic hai jehdiya use of plastic waste hai jehda badha ja rahe ohde nal ki ne we bahut sare issues create ho riyan ne jivein health illness ho ria ਯਾ ਉਹ ਆਪਾਂ ਨੂੰ ਕੀ ਤੋਂ ਡਿਸਟਰੈਕਟ ਮਤਲਬ ਅਡਡ ਕਰਦਾ ਜਿਹੜਾ ਬਿਊਟੀ ਆਫ ਨੇਚਰ ਆ ਟੂ ਓਵਰਕਮ ਦਾ ਪ੍ਰੋਬਲਮ ਕਹਿੰਦੇ ਇਹ ਪ੍ਰੋਬਲਮ ਤੋਂ ਉੱਬਰ ਕੇ ਓਨਲੀ ਆਪਾਂ ਕੀ ਕਰ ਸਕਦੇ ਆ ਸਿਗਨੀਫੀਕੈਂਟ ਕਾਊਂਟਰ ਮੈਜਰਸ ਕੈਨ ਬੀ ਯੂਜ਼ ਲਾਈਕ ਅਰੇਂਜਿੰਗ ਅਵੇਅਰਨੈਸ ਐਕਟੀਵिटीज ਇਹਨਾਂ ਚੀਜ਼ਾਂ ਨੂੰ ਡੀਲ ਕਰਨ ਲਈ ਕਹਿੰਦੇ ਆ ਆਪਾਂ ਕੀ ਕਰ ਸਕਦੇ ਆ ਵੀ ਅਵੇਅਰਨੈਸ ਐਕਟੀਵिटीज ਅਰੇਂਜ ਕਰ ਸਕਦੇ ਆ ਆਪਾਂ ਲੋਕਾਂ ਨੂੰ ਸਮਝਾ ਸਕਦੇ ਆ ਵੀ ਆਪਣੇ ਲਈ ਕੀ ਬੈਨੀਫੀਸ਼ੀਅਲ ਆ ਕੀ ਨਾ ਤਾਕੇ ਜਿਹੜੀ ਪਲਾਸਟਿਕ ਦੀ ਕੰਜ਼ਪਸ਼ਨ ਨੂੰ ਘਟ ਸਕੇ ਏ ਸੀਗਾ ਅੱਜ ਦਾ ਆਪਣਾ ਟਾਸਕ 2